स्नेहा धीर सांधा पंजाब टीवी अमृत। अज अमृतसर के लगा गिलवाली गेट से बहुजन समाज पार्टी के डॉक्टर भीम राम अंबेदकर के बब्बू प्रधान से शहरी प्रधान प्रेम कुमार की अगवाई हेठ एक विशाल रैली का आयोजन किया गया। तो ये रैली अमृतसर तो जलंधर को रवाना हुई। ਨਾਲ ਸਾਹਿਬ ਦਾ ਜਿਹੜਾ ਸੰਘਰਸ਼ ਹੈ ਕਿ ਦਲਤਾਂ ਦੀਆਂ ਦਲਤਾਂ ਦੇ ਜਿਹੜੇ ਬੱਚੇ ਆ ਇਹਨਾਂ ਨੂੰ ਇਸ ਕਰਕੇ ਪਹਿਲਾਂ ਵੀ ਇਹਨਾਂ ਐਰਗੂਮੈਂਟ ਬਹੁਤ ਦਿੱਤੇ ਨੇ, ਉਹਨਾਂ ਦੇ ਕੋਈ ਐਰਗੂਮੈਂਟ ਤੋਂ ਧਿਆਨ ਨਹੀਂ ਹੋਇਆ। ਹੁਣ ਨਾਲ ਸਾਹਿਬ ਦੀ ਆਪਣੀ ਪਾਰਟੀ ਜਿਹੜੀ ਆ ਸਟੈਂਡ ਹੋਣ ਸ਼ੁਰੂ ਹੋ ਰਹੀ ਆ, ਉਹਦੇ ਮੁਤਾਬਕ ਅਸੀਂ ਜਲੰਧਰ ਰੈਲੀ ਕਰਦੇ ਹਾਂ। ਰੈਲੀ ਤੋਂ ਬਾਅਦ ਹਰ ਕਿਸੇ ਨੂੰ ਰੁਜ਼ਗਾਰ ਦਾ ਔਰ ਜਿਹੜੇ ਕਿਸੇ ਵਾਲੇ ਕੈਪਟਨ ਨੇ ਇਹ ਪੂਰੇ ਕਰਦੇ ਹਾਂ, ਨਹੀਂ ਤਾਂ ਨਹੀਂ ਪੂਰੇ ਕਰੇਗੀ। ਤੁਸੀਂ ਖੁਦ ਵੇਖ ਰਹੇ ਹੋ ਕਿੰਨੀ ਗੰਦਗੀ ਹੈ, ਖੁਦ ਪ੍ਰਧਾਨ ਜੀ ਦਿਖਾ ਰਹੇ ਨੇ, ਦੇਖੋ ਕਿੰਨਾ ਗੰਦ ਪਿਆ ਹੈ। ਪਾਰਕ ਦਾ ਹਾਲਾਤ ਕੀ ਹੈਗੇ ਆ, ਇੱਥੇ ਬੱਚੇ ਵੀ ਖੇਡਦੇ, ਦੋ ਪੰਗੂੜੇ ਲਾ ਕੇ ਛੱਡ ਗਏ ਹੋਏ ਨੇ, ਮਗਰ ਇੱਥੇ ਅੰਦਰ ਇੰਨੀ ਗੰਦਗੀ ਹੈ। ਉਂਝ ਕਹਿੰਦੇ ਸਮਾਰਟ ਬਣਾਇਆ ਜਾਂਦਾ ਪਾਰਕ, ਪਾਰਕ ਦਾ ਹਾਲਾਤ ਦੇਖ ਲਓ, ਬਾਕੀ ਪਾਰਕ ਜਾ ਕੇ ਦੇਖੋ ਤਾਂ ਪਾਰਕ ਦੇਖੋ, ਵਿਚਾਰੇ ਕਲਪਦੇ ਪਏ ਨੇ ਕਿੰਨਾ ਚਿਰ ਹੋ ਗਿਆ ਪਾਰਕ ਦਾ ਕੁਛ ਨਹੀਂ ਹੋ ਰਿਹਾ। ਮਗਰ ਅੱਜ ਤੁਸੀਂ ਪਾਰਕ ਦਾ ਵੀ ਇੱਕ ਉਠਾਇਆ ਮੁੱਦਾ, ਡਾਕਟਰ ਮੇਲਕਾਰ ਪਾਰਕ ਆ, ਕਹਿ ਨੂੰ ਡਾਕਟਰ ਮੇਲਕਾਰ ਪਾਰਕ ਆ, ਇਹਦੇ ਲਾਗੇ ਸ਼ਕਤਰੀ ਬਾਗ ਆ, ਉਹਦੀ ਖੂਬਸੂਰਤੀ ਦੇਖੋ ਜਾ ਕੇ ਕਿਹਦੀ ਖੂਬਸੂਰਤੀ ਆ, ਔਰ ਸਾਡੇ ਪਾਰਕਾਂ ਦੇ ਵਿੱਚ ਦੇਖੋ ਕਿਹੜਾ ਕਿਹੜਾ ਘਾਹ ਕਿਹੜੇ ਕਿਹੜੇ ਫੁੱਟਪਾਥ ਕਿੱਥੇ ਦੇ ਨੇ, ਤਾਂ ਕਿ ਬੱਚਾ ਵੀ ਤੁਰੇ ਅਤੇ ਉਹ ਦੇਖ ਸਕਦਾ, ਬੱਚਾ ਕੋਈ ਬਜ਼ੁਰਗ ਚੱਲੇ 'ਚ ਉਹਦੀ ਵੀ ਲੱਤ ਬਹੁਤ ਨੁਕਸਾਨ ਹੋ ਸਕਦਾ। ਇਸ ਪਾਰਕ ਦਾ ਇਸ ਕਰਕੇ ਵੀ ਸੁਧਾਰ ਹੋ ਰਿਹਾ ਕਿਉਂਕਿ ਇੱਕ ਸਕੂਲ ਕਾਸਟਰ ਦਾ ਬਾਸ ਦਿੱਤੀਆਂ ਦਾ, ਜੇ ਕਦੇ ਵੀ ਕੋਈ ਅੱਛੀ ਕਾਸਟ ਆਵੇ ਜਾਂ ਮਗਰ ਬੈਕਗਰਾਉਂਡ ਹੋਵੇ ਇਹਦਾ ਵੀ ਸੁਧਾਰ ਹੋਵੇ। ਸਰਕਾਰ ਫਰਕ ਸਮਝਦੀ ਹੈ, ਬਹੁਤ ਜ਼ਿਆਦਾ ਫਰਕ ਸਮਝਦੀ, ਜਾਤ-ਪਾਤ ਵਿੱਚ ਬਿਲਕੁਲ ਜਾਤ-ਪਾਤ ਦਾ ਫਰਕ ਆ। ਸਰਕਾਰ ਦੇ ਉਹਨਾਂ ਕੇ ਸਮਾਰਟ ਬਣਾ ਰਹੀ ਹੈ, ਬਾਕੀ ਪਾਰਕ ਦੇਖੋ ਜਿਹੜੇ ਵਧੀਆ ਬਣਾਇਆ, ਇਹ ਪਾਰਕ ਨੂੰ ਕਿਉਂ ਛੱਡਿਆ ਗਿਆ? ਕਿਉਂ ਛੱਡਿਆ ਗਿਆ ਕਿਸ ਕਰਕੇ? ਇਹ ਕੋਈ ਏਸੀ ਕੋਟੇਜ ਆ ਜਾਂ ਕੋਈ ਸਕੂਲ ਕਾਸਟ ਦਾ? ਮੈਂ ਤਾਂ ਸਰਕਾਰ ਦੇ ਅੱਗੇ ਬੇਨਤੀ ਕਰਾਂਗਾ ਕਿ ਬਾਕੀਆਂ ਨਾਲ ਜਿੱਦਾਂ ਬਾਕੀਆਂ ਦੇ ਐਕਸਰਸਾਈਜ਼ਾਂ ਲੱਗੀਆਂ ਹੋਈਆਂ ਉਹਦਾ ਲਾਉਣ, ਕੀ ਉਹ ਦੋ ਭੂੜੇ ਲਾ ਕੇ ਬੱਚਿਆਂ ਵਾਸਤੇ ਉਹਦੇ ਡਿੱਗਦੇ ਅੱਧੇ ਫਟਾ ਕਰਦੇ ਆ, ਇਹਨੂੰ ਬਾਗ ਨੂੰ ਸੁੱਚੇ ਢੰਗ ਦੇ ਨਾਲ ਬਣਾਇਆ ਜਾਵੇ। ਮਗਰ ਅੱਜ ਜਿਹੜੀ ਮੀਟਿੰਗ ਹੋਈ ਹੈ ਕਾਹਦੀ ਹੋਈ ਹੈ? ਅੱਜ ਸਾਡੀ ਮੀਟਿੰਗ ਹੈਗੀ ਆ ਬਹੁਜਨ ਬਹੁਜਨ ਸਮਾਜ ਪਾਰਟੀ ਦੀ, ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋ ਰਹੀ ਹੈ ਜਿਹੜਾ ਇਸੇ ਮਸਲਿਆਂ ਦੇ ਵਾਸਤੇ ਅਤੇ ਹੱਥਾਂ ਦੇ ਉੱਤੇ ਹੱਥ ਪਾਉਣ ਵਾਸਤੇ ਕਿਸੇ ਨਾਲ ਨਜਾਇਜ਼ ਹੁੰਦੀ ਆ ਉਹਦੇ ਵਾਸਤੇ ਜਿਹੜੇ ਕੈਪਟਨ ਸਰਕਾਰ ਨੇ ਵਾਅਦੇ ਕੀਤੇ ਨੇ ਉਹ ਇੱਕ ਵੀ ਪੂਰਾ ਨਹੀਂ ਹੋਇਆ, ਜਿਹਦੇ ਖਾਤਰ ਅਸੀਂ ਆਪਣਾ ਸਾਰੇ ਹੀ ਨਾਲ ਸਾਹਿਬ ਦੇ ਨਾਲ ਨਾਲ ਸਾਹਿਬ ਤੋਂ ਸਹਿਯੋਗ ਦੇ ਨਾਲ ਹੀ ਨਾਲ। ਜੇਕਰ ਨਹੀਂ ਪੂਰੀ ਹੋਈ ਅੱਗੋਂ ਕਾਰਵਾਈ ਕੀ ਹੋਏਗੀ? ਹੁਣ ਜਲੰਧਰ ਵੀ ਤੁਸੀਂ ਕੀਤਾ, ਹੁਣ ਇੱਥੇ ਵੀ ਕਰੋਗੇ? ਜਲੰਧਰ ਵੀ ਕਰਾਂਗੇ, ਉਸ ਤੋਂ ਬਾਅਦ ਸਾਡਾ ਤੀਜਾ ਹੋਏਗਾ ਅੰਮ੍ਰਿਤਸਰ ਵੀ ਕਰਾਂਗੇ, ਸ਼ਹਿਰ ਤੋਂ ਸ਼ਹਿਰ ਕਰਾਂਗੇ। ਮਗਰ ਕਈਆਂ ਨੂੰ ਨੌਕਰੀਆਂ ਮਿਲਦੀਆਂ ਨਹੀਂ ਪਈਆਂ, ਕਈ ਬੰਦੇ ਆ ਜਿਹਨਾਂ ਨੌਕਰੀ, ਜਿਹੜੇ ਕੋ MLA ਗਏ ਉਹਨਾਂ ਨੇ ਬੱਚਿਆਂ ਨੂੰ ਨੌਕਰੀ ਦਿੱਤੀ ਗਈ। ਹਾਂਜੀ, ਇੱਕ ਆਪਾਂ ਬੂਟ ਪਾਲਿਸ਼ ਕਰਾਉਂਦੇ ਹਾਂ, ਹਾਂਜੀ ਉਹ ਕਹਿੰਦੇ ਜੀ ਇੰਨੇ ਪੈਸੇ ਦੇ ਦਿੱਤੇ, ਔਰ ਸਾਡੇ ਜਿਹੜੇ ਬੇਰੁਜ਼ਗਾਰ ਨੇ ਇਹ ਮਹੀਨਾ ਮਹੀਨਾ ਕੰਮ ਕਰਦੇ ਨੇ, ਔਰ ਪੈਸੇ ਕਿੱਦਾਂ ਦੇ ਨੇ ਜੀ? ਸਾਡਾ ਜੀ ਬਿਮਾਰ ਹੋ ਗਿਆ, ਫਲਾਣਾ ਹੋ ਗਿਆ, ਠੀਕ ਹੋ ਗਿਆ, ਇਹਨਾਂ ਨੂੰ ਪੈਸੇ ਕਿਉਂ ਨਹੀਂ ਉਸ ਤੋਂ ਦਿੱਤੇ ਜਾਂਦੇ? ਬੇਰੁਜ਼ਗਾਰੀ ਕਿਉਂ ਵਧਾਈ ਜਾ ਰਹੀ ਹੈ? ਇੱਕ ਜਿਹੜਾ ਮਰਿਆ ਉਹਨੂੰ ਮਾਰੀ ਜਾ ਰਹੇ ਨੇ, ਜਿਹੜਾ ਤਰ ਕਰ ਜਾ ਰਹੇ ਨੇ। ਕੈਪਟਨ ਸਾਹਿਬ ਨੇ ਕਿਹਾ ਜੀ MLA ਦੇ ਬੱਚਿਆਂ ਨੂੰ ਨੌਕਰੀ ਮਿਲੇਗੀ, ਦੂਜਿਆਂ ਨੂੰ ਨਹੀਂ ਮਿਲੇਗੀ, ਕਿਉਂ? ਕੈਪਟਨ ਸਾਹਿਬ ਦੇ ਬੱਚੇ ਤਾਂ ਦੂਜੇ ਬੱਚੇ ਮਤਲਬ ਕਿ ਉਹ ਪੜ੍ਹਨ ਹਿਸਬਾਈ ਸਕੂਲਾਂ 'ਚ ਮੋਰਨ ਜਾ ਕੇ ਪੜ੍ਹਨ, ਸਾਡੇ ਬੱਚਿਆਂ ਕੋਲ ਸਰਕਾਰੀ ਫੀਸਾਂ 'ਚ ਸਰਕਾਰ 'ਚੋਂ ਬਾਹਰ ਕਰ। ਮਗਰ ਸਰਕਾਰੀ ਸਕੂਲ ਵੀ ਜਿਹੜੇ ਹੈਗੇ ਆ ਅੱਜ ਕੱਲ੍ਹ ਮਾਡਲ ਬਣ ਗਿਆ, ਮਗਰ ਉਹ ਜੋ ਸਫਾਈ ਫੇਰ ਨਹੀਂ ਗਈ, ਰੋਟੀ ਵੀ ਨਹੀਂ, ਕੋਈ ਕਿੱਤਾ ਨਹੀਂ ਕਿ ਅੱਜ ਤੇਰਾ ਇਹ ਹੈ ਤੇਰਾ ਬੂਹਾ ਫਲਾਟ ਕੀ ਕਰ, ਤੁਸੀਂ ਟੈਸਟ ਦਿਓ ਜੀ, ਇਹ ਕਰੋ ਜੀ, ਇੱਕ ਬੱਚਾ ਜਦੋਂ ਪੜ੍ਹੇ ਨਹੀਂ ਉਹ ਟੈਸਟ ਕਰਾ ਦੇਗਾ। ਫੀਸਾਂ ਵੀ ਇੰਨੀਆਂ ਇੰਨੀਆਂ ਲਾਈ ਜਾਂਦੀਆਂ, ਫੀਸਾਂ ਵੀ ਲਾਈ ਜਾਂਦੇ ਨੇ। ਅੱਜ ਸਰਕਾਰ ਨੇ ਕਿ 750 ਰੁਪਏ ਮੀਟਰ ਬੰਦੇ ਰੱਖੇ, 750 ਦੀ ਸ਼ੌਕਰ ਦੀ ਬੋਤਲ ਸ਼ਰਾਬ ਦੀ ਤਕਰੀਬ ਦੀ 750 ਰੁਪਈਆ ਤਨਖਾਹ ਹੈ, ਇਹ ਸਿਰਫ ਪਬਲਿਕ ਟੀ ਵੀ ਆਹੀ ਚੱਲਦੀ ਪਈ ਆ। ਇਹ ਤੁਸੀਂ ਯਕੀਨ ਕਰਕੇ ਮੰਨੋਗੇ, ਸ਼ਾਹੂਕਾਰ ਜਿਹੜੇ ਆ ਸ਼ਰਾਬ ਨਹੀਂ ਪੀਂਦੇ, ਗਰੀਬ ਦਾ ਲੋਹ ਪੀਣਗੇ, ਮਗਰ ਔਰ ਮੀਟ ਨਹੀਂ ਖਾਂਦੇ, ਹੱਕ ਖਾਣਗੇ, ਮਗਰ ਬੱਤੀ ਜਿਵੇਂ ਇਹਨਾਂ ਨੇ ਮਹਿੰਗੀ ਕਰਤੀ ਪ੍ਰਾਈਵੇਟ ਕਰਕੇ, ਹੁਣ ਤੁਸੀਂ ਆਪ ਸਾਹ ਲਾ ਦਿਓ ਬਿੱਲ ਲੋਕਾਂ ਨੇ 10-10 ਹਜ਼ਾਰ ਰੁਪਇਆ, ਗਰੀਬ ਬੰਦਾ ਜਿਹੜਾ 3000 ਰੁਪਏ ਮਹੀਨਾ ਕਮਾਉਂਦਾ ਕਿਤੋਂ 10 ਹਜ਼ਾਰ ਰੁਪਏ ਬਿੱਲ ਦੇਗਾ? ਉਹ ਮਰੇਗਾ, ਖੁਦਕੁਸ਼ੀ ਕਰੇਗਾ, ਸੁਸਾਈਡ ਕਰੇਗਾ।
वो मरेगा। एक 7,500 रुपए जो बच्चे कर बच्चे पढ़ाएगा, कई स्कूल की फीस देगा, कई रिश्तेदार को मिलेगा। ठीक है जी, बबू प्रधान जी अब जो कोई प्रोग्राम कराया गया बारे की कहना चाहते हो? वो बारे है जी, कच्चे बंदे पक्के करो, महंगाई जी तोड़ो, जो तुम वादे किए पूरे करो। जे वादे तेरे पूरे नहीं होंगे तो अगों की करोगे कार्रवाई? फिर कार्रवाई करा मगर अज कि पब्लिक तेरे जुड़ी हुई है? मगर अज आयो अज किस बेस से आयो? अस चले हाँ की कहना चाहते हो? अभी तो चाहते हैं गरीबा का हक गरीबा दिता जाए, जो भी कोई इन्हों मंगा होनी चाहिए। मगर जो घट्टो घट 1,000 कुछ बंदे पक्के नहीं हो रहे, कार्वेक्शन होर भी है, मगर ते का जो पक्के नहीं हो रहे भरा। अच्छा।